ਜਿਹਨੇ ਜਿਹਨੇ ਵੀ ਕਦੀ ਵੀ ਟ੍ਰੇਡਿੰਗ ਸਿੱਖਣੀ ਚਾਹੀ ਆ ਪਰ ਹਮੇਸ਼ਾ ਇਹ ਸੋਚ ਕੇ ਪਰੇ ਹੋ ਗਏ ਆ ਕਿ ਮੇਰੀ ਸਮਝ ਤੋਂ ਬਾਹਰ ਆ ਜਾਂ ਲੈਂਗੁਏਜ ਬੈਰੀਅਰ ਆ, ਮੈਂ ਪੰਜਾਬੀ ਦੇ ਵਿੱਚ ਆਪਣੇ ਪੰਜਾਬੀ ਭਰਾਵਾਂ ਭੈਣਾਂ ਦੇ ਲਈ ਟ੍ਰੇਨਿੰਗ ਲੈ ਕੇ ਆਇਆ ਆ। 2 ਦਿਨ ਦੀ ਟ੍ਰੇਨਿੰਗ ਆ, ਆਨਲਾਈਨ ਟ੍ਰੇਨਿੰਗ ਆ, 2 ਦਿਨ 9 ਤੋਂ ਲੈ ਕੇ 5 ਵਜੇ ਤੱਕ UK ਦੇ ਹਿਸਾਬ ਦੇ ਨਾਲ ਹੋਏਗੀ 19 ਤੇ 20 ਮਾਰਚ ਨੂੰ। ਜਿਹਨੇ ਜਿਹਨੇ ਵੀ ਟ੍ਰੇਨਿੰਗ ਬੁੱਕ ਕਰਨੀ ਆ, ਆਈ ਐਮ ਗੋਇੰਗ ਟੂ ਗਿਵ ਯੂ ਇੰਸਟਰਕਸ਼ਨਸ ਕਿ ਹਾਊ ਟੂ ਬੁੱਕ ਦ ਟ੍ਰੇਨਿੰਗ। ਸੋ ਤੁਸੀਂ ਮੇਰੀ ਵੈਬਸਾਈਟ 'ਤੇ ਜਾਣਾ ਆ ਢਾਂਡਾ ਦੀ great.com ਦੇ ਉੱਤੇ, ਫਿਰ ਉੱਥੇ ਜਾ ਕੇ ਸੈਕਿੰਡ ਮੈਨਿਊ ਆ ਫੋਰੈਕਸ ਬੂਟ ਕੈਂਪ, ਠੀਕ ਆ। ਸੋ ਜਦੋਂ ਤੁਸੀਂ ਫੋਰੈਕਸ ਬੂਟ ਕੈਂਪ ਦੇ ਪੇਜ 'ਤੇ ਜਾਣਾ ਆ, ਸੋ ਤੁਹਾਨੂੰ ਮੇਰਾ ਢਾਂਡਾ ਦੀ ਗ੍ਰੇਟ ਅਕੈਡਮੀ ਦਾ ਲੋਗੋ ਮਿਲੇਗਾ, ਨਾਲ ਡੇਟਾਂ ਲਿਖੀਆਂ ਹੋਈਆਂ ਨੇ, ਆਨਲਾਈਨ ਫੋਰੈਕਸ ਬੂਟ ਕੈਂਪ ਡੇਟਸ 19 ਤੇ 20 ਮਾਰਚ ਨੂੰ 9 ਤੋਂ 5 UK ਦੇ ਹਿਸਾਬ ਨਾਲ ਟਾਈਮਿੰਗ, ਬਾਕੀ ਦੁਨੀਆ ਦੀ ਮੈਂ ਜਿੰਨਾ ਵੀ ਹੋ ਸਕਦਾ ਸਾਰੇ ਡਿਫਰੈਂਟ ਸ਼ਹਿਰਾਂ ਦੇ ਹਿਸਾਬ ਨਾਲ ਕਿਹੜੇ ਟਾਈਮ ਦੇ ਉੱਤੇ ਟ੍ਰੇਨਿੰਗ ਹੋਏਗੀ। ਸੋ ਤੁਸੀਂ ਦੇਖ ਸਕਦੇ ਹਾਂ, ਤੁਸੀਂ ਦੁਨੀਆ ਤੋਂ ਕਿਤੇ ਵੀ ਜੁਆਇਨ ਕਰ ਸਕਦੇ ਹਾਂ। ਜ਼ੂਮ 'ਤੇ ਹੋਏਗੀ ਟ੍ਰੇਨਿੰਗ, £200 ਇਹਦੀ ਕੋਸਟ ਹੈ। ਜਿਹੜਾ ਵੀ ਬੁੱਕ ਕਰਨਾ ਚਾਹੁੰਦਾ ਆ, ਯੂ ਗੋਟ 3 ਆਪਸ਼ਨਸ ਟੂ ਪੇਪਾਲ, ਸੋਫਟ ਅਤੇ ਡਾਇਰੈਕਟ ਡੈਬਿਟ, ਕ੍ਰੈਡਿਟ ਐਂਡ ਡੈਬਿਟ ਕਾਰਡ ਨਾਲ ਤੁਸੀਂ ਪੇ ਕਰ ਸਕਦੇ ਹੋ। ਸੀਟਾਂ ਲਿਮਿਟਿਡ ਆ, ਸੋ ਅਨਲਿਮਿਟਿਡ ਸੀਟਾਂ ਨਹੀਂ ਹੈਗੀਆਂ, ਬਿਕੋਜ਼ ਮੈਂ ਬਹੁਤ ਸਾਰੇ ਕੁਐਸਚਨ ਵੀ ਲੈਂਦਾ ਹੁੰਦਾ ਜਿਹੜੇ ਜਿਹੜੇ ਸਿੱਖਦੇ ਆ, ਸੋ ਆ ਮੇਕ ਸ਼ੋਰ ਕਿ ਸਾਰਿਆਂ ਦੇ ਕੁਐਸਚਨ ਆਨਸਰ ਹੋ ਸਕਣ। ਸੋ ਇਸ ਕਰਕੇ ਇਸ ਫਸਟ ਕਮ ਫਸਟ ਸਰਵ, ਜਦੋਂ ਮੇਰੀਆਂ ਸੀਟਾਂ ਫੁੱਲ ਹੋ ਗਈਆਂ, ਆਮ ਗੋਨਾ ਸਟੋਪ ਦ ਨਿਊ ਰਜਿਸਟ੍ਰੇਸ਼ਨ। ਸੋ ਜੇ ਤੁਸੀਂ ਟ੍ਰੇਡਿੰਗ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਆ ਕਿ ਕਿੱਦਾਂ ਇਨਵੈਸਟਮੈਂਟ ਮਾਰਕੀਟ ਕੰਮ ਕਰਦੀ ਆ, ਕਿੱਦਾਂ ਟ੍ਰੇਡਿੰਗ ਕੰਮ ਕਰਦੀ ਆ, ਕਿੱਦਾਂ ਤੁਸੀਂ ਸੈਲਫ ਡਿਪੈਂਡੈਂਟ ਬਣ ਸਕਦੇ ਆ ਟ੍ਰੇਡਿੰਗ ਦੇ ਵਿੱਚ, ਕਿੱਦਾਂ ਤੁਸੀਂ ਆਪਣੇ ਟ੍ਰੇਡ ਰੋਜ਼ ਲੱਭ ਸਕਦੇ ਆ ਚਾਰਟਸ ਦੇ ਵਿੱਚੋਂ, ਚਾਰਟਸ ਨੂੰ ਕਿੱਦਾਂ ਪੜੀਦਾ, ਮਾਰਕੀਟ ਦੇ ਵਿੱਚ ਕੀ ਦੇਖੀਦਾ ਰੋਜ਼ ਉੱਠ ਕੇ, ਜਾਂ ਰੋਜ਼ ਮਾਰਕੀਟ ਦੇ ਵਿੱਚ ਕਿਹੜੀ ਇੱਦਾਂ ਦੀ ਚੀਜ਼ ਆ ਜਿੱਥੇ ਨਿਗਾਹ ਰੱਖਣੀ ਪੈਂਦੀ ਆ ਤਾਂ ਕਿ ਤੁਸੀਂ ਟ੍ਰੇਡਿੰਗ ਦੇ ਵਿੱਚ ਸਕਸੈਸਫੁਲ ਹੋ ਸਕੋ। ਮੈਂ ਹਰ ਇੱਕ ਇਨਫੋਰਮੇਸ਼ਨ ਬਹੁਤ ਡਿਟੇਲ ਦੇ ਨਾਲ ਪ੍ਰੋਪਰ ਬਰੀਕੀ ਦੇ ਨਾਲ ਤੁਹਾਨੂੰ ਸਮਝਾਊਂਗਾ। ਸੋ 2 ਦਿਨ ਦੀ ਟ੍ਰੇਨਿੰਗ ਆ, ਚਾਹੇ ਤੁਸੀਂ ਟ੍ਰੇਡਿੰਗ ਪਹਿਲਾਂ ਕਦੇ ਕੀਤੀ ਆ ਜਾਂ ਨਹੀਂ ਕੀਤੀ, ਪਰ 2 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਜੇ ਤੁਸੀਂ ਸੀਰੀਅਸਲੀ ਇਸ ਟ੍ਰੇਨਿੰਗ ਨੂੰ ਲਓਗੇ, ਯੂ ਵਿਲ ਬਿਕਮ ਏ ਫੁੱਲੀ ਸਕਸੈਸਫੁਲ ਟ੍ਰੇਡਰ, ਇੰਨਾ ਮੈਂ ਤੁਹਾਨੂੰ ਸ਼ੋਰ ਕਰ ਦਿੰਦਾ। ਅਤੇ ਮੈਂ ਕਹਿੰਦਾ ਹੀ ਨਹੀਂ, ਮੇਰੇ ਬਹੁਤ ਸਾਰੇ ਫੀਡਬੈਕ ਆ ਜਿਹੜੇ ਮੈਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦਾ ਰਹਿੰਦਾ, ਅਤੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਲਰਨ ਕੀਤਾ ਅਤੇ ਟਾਈਮਲੀ ਦੇ ਆਰ ਇਨ ਕੋਂਟੈਕਟ ਵਿਦ ਮੀ, ਅਤੇ ਉਹਨਾਂ ਦੀ ਸਕਸੈਸ ਜਿਹੜੀ ਆ ਇਟ ਮੇਕਸ ਮੀ ਹੈਪੀ।